ਜੈ ਖੁਦਾਵੰਦ ਯਿਸੂ ਮਸੀਹ ਜੀ ਕੀ। ਮੈਂ ਪਾਸਟਰ ਸਟੀਫਨ, ਚਮਤਕਾਰ ਚਰਚ ਭਗਤਾਂ ਵਾਲਾ ਗੇਟ, ਅੰਮ੍ਰਿਤਸਰ, ਪੰਜਾਬ, ਹਿੰਦੁਸਤਾਨ। ਅੱਜ ਅਸੀਂ ਕਲਾਮ 'ਚੋਂ ਸਿੱਖਾਂਗੇ ਨੂੰਹ ਦੇ ਬਾਰੇ ਕੁਛ ਖਾਸ ਗੱਲਾਂ, ਜੋ ਕਿ ਉਤਪਤੀ ਦੀ ਕਿਤਾਬ ਪਹਿਲਾ ਅਧਿਆਇ ਤੋਂ ਲੈ ਕੇ 9 ਅਧਿਆਇ ਤੱਕ, ਪੈਦਾਇਸ਼ ਦੀ ਪੁਸਤਕ ਪਹਿਲੇ ਬਾਬ ਤੋਂ ਲੈ ਕੇ 9 ਬਾਬ ਤੱਕ, ਆਦਮ ਤੋਂ ਲੈ ਕੇ ਨੂੰਹ ਤੱਕ ਦੀਆਂ ਕੁਝ ਖਾਸ ਗੱਲਾਂ। ਪਹਿਲਾ ਜਿਹੜਾ ਸੰਸਾਰ ਸੀ, ਪਹਿਲੀ ਜਿਹੜੀ ਦੁਨੀਆ ਸੀ, ਉਹ ਆਦਮ ਤੋਂ ਸ਼ੁਰੂ ਕੀਤੀ ਗਈ। ਦੂਸਰਾ ਜਿਹੜਾ ਸੰਸਾਰ ਸੀ, ਉਹ ਨੂੰਹ ਤੋਂ ਸ਼ੁਰੂ ਹੋਇਆ। ਪਹਿਲਾ ਜਲ ਪਰਲੋ ਆਦਮ ਤੋਂ ਪਹਿਲਾਂ ਆਇਆ, ਅਤੇ ਦੂਸਰਾ ਜਲ ਪਰਲੋ ਜਿਹੜਾ ਸੀ ਆਦਮ ਤੋਂ ਬਾਅਦ ਅਤੇ ਨੂੰਹ ਦੇ ਸਮੇਂ ਦੇ ਵਿੱਚ ਆਇਆ। ਜਿਸ ਤਰ੍ਹਾਂ ਖੁਦਾ ਨੇ ਆਦਮ ਨਾਲ ਗੱਲਾਂ ਕੀਤੀਆਂ, ਉਸੇ ਤਰ੍ਹਾਂ ਖੁਦਾ ਨੇ ਨੂੰਹ ਦੇ ਨਾਲ ਵੀ ਗੱਲਾਂ ਕੀਤੀਆਂ। ਆਦਮ ਦੀ ਵੀ ਇੱਕੋ ਹੀ ਪਤਨੀ ਸੀ ਔਰ ਨੂੰਹ ਦੀ ਵੀ ਇੱਕੋ ਹੀ ਪਤਨੀ ਸੀ, ਔਰ ਆਦਮ ਦੇ ਕੋਲ ਵੀ ਖੁਦਾ ਜਾਨਵਰਾਂ ਅਤੇ ਪਕਸ਼ੀਆਂ ਨੂੰ ਲੈ ਕੇ ਆਇਆ, ਅਤੇ ਨੂੰਹ ਦੇ ਕੋਲ ਵੀ ਖੁਦਾ ਜਾਨਵਰਾਂ ਅਤੇ ਪਕਸ਼ੀਆਂ ਨੂੰ ਲੈ ਕੇ ਆਇਆ। ਔਰ ਆਦਮ ਦੇ ਸਮੇਂ ਸੱਪ ਦਾ ਇਸਤੇਮਾਲ ਕੀਤਾ ਗਿਆ, ਅਤੇ ਨੂੰਹ ਦੇ ਸਮੇਂ ਕਿਸ਼ਤੀ ਦੇ ਵਿੱਚ ਪਹਾੜੀ ਕਾਂ ਅਤੇ ਘੁੱਗੀ ਦਾ ਜਾਂ ਕਬੂਤਰੀ ਦਾ ਇਸਤੇਮਾਲ ਕੀਤਾ ਗਿਆ। ਆਦਮ ਪਹਿਲਾ ਮਨੁੱਖ ਸੀ ਜਿਹਨੇ ਹੁਕਮ ਤੋੜਿਆ, ਅਤੇ ਨੂੰਹ ਪਹਿਲਾ ਮਨੁੱਖ ਸੀ ਜਿਹਨੇ ਹੁਕਮ ਮੰਨਿਆ। ਆਦਮ ਉਹਦੀ ਪਤਨੀ ਨੂੰ ਅਤੇ ਉਸ ਸਮੇਂ ਜਾਨਵਰਾਂ ਪਕਸ਼ੀਆਂ ਨੂੰ, ਸਾਰੀ ਸ੍ਰਿਸ਼ਟੀ ਨੂੰ ਖੁਦਾ ਨੇ ਬਲੈਸ ਕੀਤਾ। ਇਸੇ ਤਰ੍ਹਾਂ ਨੂੰ ਉਹਦੀ ਪਤਨੀ ਨੂੰ, ਉਹਦੇ ਪੁੱਤਰਾਂ ਨੂੰ, ਉਹਦੀਆਂ ਨੂੰਹਾਂ ਨੂੰ, ਅਤੇ ਸੱਤ ਹਰ ਤਰ੍ਹਾਂ ਦੇ ਜਾਨਵਰਾਂ ਪਕਸ਼ੀਆਂ ਨੂੰ ਖੁਦਾ ਨੇ ਬਲੈਸ ਕੀਤਾ। ਔਰ ਆਦਮ ਅਤੇ ਕੈਨ ਕਿਸਾਨ ਸਨ, ਉਸੇ ਤਰ੍ਹਾਂ ਨੂੰ ਵੀ ਇੱਕ ਕਿਸਾਨ ਸੀ। ਆਦਮ ਪਹਿਲੀ ਪੀੜ੍ਹੀ ਸੀ, ਅਤੇ ਨੂੰ ਜਲ ਪਰਲੋ ਤੋਂ ਪਹਿਲੇ ਆਖਰੀ ਪੀੜ੍ਹੀ ਸੀ, ਅਤੇ ਨਵੇਂ ਜ਼ਮਾਨੇ ਦੀ ਪਹਿਲੀ ਪੀੜ੍ਹੀ ਸੀ। ਆਦਮ ਦੇ 3 ਪੁੱਤਰਾਂ ਦਾ ਨਾਂ ਲਿਖਿਆ ਗਿਆ, ਕੈਨ, ਹਾਬਲ ਅਤੇ ਸੇਤ। ਇਸੇ ਤਰ੍ਹਾਂ ਨੂੰਹ ਦੇ ਵੀ 3 ਪੁੱਤਰਾਂ ਦਾ ਨਾਂ ਲਿਖਿਆ ਗਿਆ ਆ, ਸੇਮ, ਹਾਮ ਅਤੇ ਯਾਫਤ। ਹਾਬਲ ਅਤੇ ਹਨੂਕ ਇਹ ਧਰਮੀ ਸਨ, ਇਸੇ ਤਰ੍ਹਾਂ ਨੂੰਹ ਵੀ ਧਰਮੀ ਸੀ। ਯਰਦ ਅਤੇ ਮਥੁਸ਼ਲਾ ਦੀ ਉਮਰ ਸਭ ਤੋਂ ਜ਼ਿਆਦਾ ਸੀ, 969 ਸਾਲ ਅਤੇ 962 ਸਾਲ। ਉਸੇ ਤਰ੍ਹਾਂ ਨੂੰਹ ਦੀ ਉਮਰ ਵੀ ਤੀਸਰੇ ਨੰਬਰ 'ਤੇ ਸਭ ਤੋਂ ਵੱਧ ਸੀ, 950 ਸਾਲ। ਔਰ ਹਨੂਕ ਪਰਮੇਸ਼ੁਰ ਦੇ ਨਾਲ ਚੱਲਦਾ ਰਿਹਾ, ਇਸੇ ਤਰ੍ਹਾਂ ਨੂੰਹ ਵੀ ਪਰਮੇਸ਼ੁਰ ਦੇ ਨਾਲ ਚੱਲਦਾ ਰਿਹਾ। ਹਨੂਕ ਉਠਾ ਲਿਆ ਗਿਆ, ਅਤੇ ਨੂੰਹ ਜਿਹੜਾ ਆ ਆਪਣੇ ਪਰਿਵਾਰ ਸਮੇਤ ਬਚਾ ਲਿਆ ਗਿਆ। ਨੂੰਹ ਜਿਹੜਾ ਸੀ ਉਸ ਸਮੇਂ ਦੇ ਵਿੱਚ ਮਨੁੱਖਾਂ ਦੇ ਵਿਚਕਾਰ ਇਹ ਪਹਿਲਾ ਧਰਮ ਪ੍ਰਚਾਰਕ ਸੀ, ਨੇਕੀ ਦਾ ਪ੍ਰਚਾਰਕ ਸੀ, ਜਿਹੜਾ ਕਿ ਆਉਣ ਵਾਲੀਆਂ ਗੱਲਾਂ ਦਾ ਪ੍ਰਚਾਰ ਕਰਦਾ ਸੀ। ਨੂੰਹ ਪਹਿਲਾ ਮਨੁੱਖ ਸੀ ਜਿਹੜੇ ਜਿਹਨੇ ਪੂਰੇ ਪਰਿਵਾਰ ਦੇ ਨਾਲ ਪਾਣੀ ਦਾ ਬਪਤਿਸਮਾ ਲਿਆ। ਨੂੰਹ ਪਹਿਲਾ ਪਰਿਵਾਰ ਸੀ ਜਿਹੜਾ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਆ ਉਹ ਜਲ ਪਰਲੋ ਤੋਂ ਬਚਾਇਆ ਗਿਆ। ਨੂੰਹ ਨੇ ਅਤੇ ਉਹਦੇ ਪਰਿਵਾਰ ਨੇ ਆਪਣੇ ਜੀਵਨ 'ਚ 3 ਤਰ੍ਹਾਂ ਦੇ ਸਮੇਂ ਦੇਖੇ, ਜਲ ਪਰਲੋ ਤੋਂ ਪਹਿਲਾਂ, ਜਲ ਪਰਲੋ ਦੇ ਸਮੇਂ ਅਤੇ ਜਲ ਪਰਲੋ ਤੋਂ ਬਾਅਦ। ਨੂੰਹ ਦੋ ਸੰਸਾਰਾਂ ਨੂੰ, ਦੋ ਦੁਨੀਆਂ ਨੂੰ, ਜਲ ਪਰਲੋ ਤੋਂ ਪਹਿਲੇ ਅਤੇ ਜਲ ਪਰਲੋ ਤੋਂ ਬਾਅਦ ਦੀ ਦੁਨੀਆਂ ਨੂੰ ਜੋੜਨ ਵਾਲਾ ਇਕੱਲਾ ਇੱਕ ਮਨੁੱਖ ਸੀ, ਯਾਨੀ ਕਿ ਇੱਕ ਪੁੱਲ ਦਾ ਕੰਮ ਕੀਤਾ ਜਿਹੜਾ ਦੋ ਸੰਸਾਰਾਂ ਨੂੰ ਜੋੜਦਾ ਹੈ। ਨੂੰਹ ਇਕੱਲਾ ਇੱਕ ਇਸ ਤਰ੍ਹਾਂ ਦਾ ਮਨੁੱਖ ਸੀ ਜਿਹਨੂੰ ਸਭ ਤੋਂ ਲੰਬੀ ਉਮਰ ਦੇ ਵਿੱਚ ਬੱਚਿਆਂ ਦੀ ਬਰਕਤ ਮਿਲੀ। 500 ਸਾਲ ਦੀ ਉਮਰ ਦੇ ਵਿੱਚ ਇਹਦੇ ਘਰ 'ਚ 3 ਪੁੱਤਰ ਹੋਏ। ਨੂੰਹ ਦੇ ਪਰਿਵਾਰ ਦੇ ਵਿੱਚ ਕੋਈ ਵੀ ਲੜਕੀ ਨਹੀਂ ਪੈਦਾ ਹੋਈ। ਉਸ ਤੋਂ ਪਹਿਲੇ ਜਿਹੜੀਆਂ ਪੀੜ੍ਹੀਆਂ ਪੈਦਾ ਹੋਈਆਂ ਉਹਨਾਂ ਦੇ ਵਿੱਚ ਧੀਆਂ ਅਤੇ ਪੁੱਤਰ ਸਨ, ਪਰ ਨੂੰਹ ਦੇ ਘਰ 'ਚ ਸਿਰਫ 3 ਹੀ ਪੁੱਤਰ ਪੈਦਾ ਹੋਏ। ਨੂੰਹ ਦੇ ਪਰਿਵਾਰ ਦੇ ਵਿੱਚ ਸਭ ਤੋਂ ਘੱਟ ਬੱਚੇ ਪੈਦਾ ਹੋਏ 10 ਪੀੜ੍ਹੀਆਂ ਦੇ ਮੁਕਾਬਲੇ,
ਆਦਮ ਤੋਂ ਲੈ ਕੇ ਨੂਹ ਤੱਕ। ਆਦਮ, ਕਾਇਨ, ਹਾਬਲ ਅਤੇ ਹਨੂਕ ਦੀ ਤਰ੍ਹਾਂ ਨੂਹ ਦਾ ਨਾਮ ਵੀ ਨਵੇਂ ਨਿਯਮ ਵਿੱਚ ਲਿਖਿਆ ਹੋਇਆ ਹੈ। ਨੂਹ ਪਹਿਲਾ ਮਨੁੱਖ ਹੋਇਆ ਜਿਹਦੇ ਨਾਲ ਖੁਦਾ ਨੇ ਨੇਮ ਬੰਨਿਆ, ਅਤੇ ਉਹ ਵੀ ਦੋ ਵਾਰ। ਨੂਹ ਪਹਿਲਾ ਮਨੁੱਖ ਹੋਇਆ ਜਿਹਨੇ ਜਗਵੇਦੀ ਬਣਾਈ। ਨੂਹ ਪਹਿਲਾ ਮਨੁੱਖ ਸੀ ਜਿਹਨੇ ਅਸਮਾਨ ਵਿੱਚ ਸਤਰੰਗੀ ਪੀਂਘ ਜਾਂ ਧਨੁੱਖ ਦਾ ਨਿਸ਼ਾਨ ਵੇਖਿਆ। ਨੂਹ ਆਪਣੇ ਜੀਵਨ 'ਚ ਪਹਿਲਾ ਮਨੁੱਖ ਸੀ ਜਿਹਨੇ ਨਸ਼ਾ ਕੀਤਾ ਅਤੇ ਮਤਵਾਲਾ ਹੋ ਗਿਆ, ਅਤੇ ਨੂਹ ਇਹ ਪਹਿਲਾ ਮਨੁੱਖ ਸੀ ਜਿਹਨੇ ਆਪਣੇ ਬੱਚਿਆਂ ਨੂੰ ਬਰਕਤਾਂ ਵੀ ਦਿੱਤੀਆਂ ਅਤੇ ਸਰਾਪ ਵੀ ਦਿੱਤਾ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ। ਜੈ ਪ੍ਰਭੂ ਯਿਸੂ ਮਸੀਹ ਜੀ ਕੀ, ਆਮੀਨ।